ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਹੋ ਗੁਲਾਮ ਅਹਿਮਦ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾਲ ਹੀ ਬੈਲ ਦਾ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਹਮੇਸ਼ਾ ਦੀ ਤਰ੍ਹਾਂ ਜਨਾਬ ਅੱਜ ਦੂਜਣ ਮਾਈ ਦੀ ਵੀਡੀਓ ਲੈ ਕੇ ਆਇਆ। ਬਾਕੀ ਇਹਦਾ ਜੋ ਮਾਮਲਾਤ ਨੇ, ਜੋ ਹਿਸਾਬ ਕਿਤਾਬ ਨੇ, ਸਾਰੀਆਂ ਗੱਲਾਂ ਜਨਾਬ ਮਾਲਕ ਲੈ ਕੇ ਦੇਵਾਂਗੇ। ਸ਼ਾਹ ਕਾਲੀਏ ਜਨਾਬ, ਮੱਥੇ 'ਤੇ ਫੁੱਲੀ ਸਫੈਦ, ਬਾਕੀ ਜਨਾਬ ਬੜਾ ਹੀ ਮਾਸ਼ਾਅੱਲਾ ਖੂਬਸੂਰਤ ਸਿੰਘ ਲਾਈ ਖੜੀ ਹੈ ਜਨਾਬ। ਤਾਂ ਕੈਮਰੇ ਨਜ਼ਰ ਹੈ, ਕੈਮਰਾਮੈਨ ਸਾਹਿਬ ਤਸੱਲੀ ਕਰਵਾ ਰਿਹਾ, ਮੇਰੇ ਭਰਾਵਾਂ ਨੇ ਆਪਣੀ ਨਿਗਾਹਾਂ ਨਾਲ ਵੇਖ ਲੈਣੀ ਹੈ। ਬਹੁਤ ਮਾਸ਼ਾਅੱਲਾ ਆਲਾ ਕੁਆਲਿਟੀ ਦੀ ਮੱਝ ਹੈ ਜਨਾਬ, ਅਸਲ ਨੀਲੀ ਦੀ ਹੈ। ਕੈਮਰੇ ਨਜ਼ਰ ਹੈ, ਕੱਦ ਅਤੇ ਲਾਮ ਜਨਾਬ ਮੁਕੰਮਲ ਜਨਾਬ ਕੈਮਰੇ ਨਜ਼ਰ ਹੈ। ਲੈਣੇ ਦੇਣੇ ਮੁਕੱਦਰ ਦੋਸਤੋ, ਸਾਫ਼ ਸੁਥਰਾ ਜਾਨਵਰ ਹਮੇਸ਼ਾ ਜਨਾਬ ਆਪਣੇ ਚੈਨਲ 'ਤੇ ਪਾਇਆ ਜਾਂਦਾ ਤਾਂ ਕਿ ਮੇਰੇ ਵੀਰ ਜਨਾਬ ਨੀਲੀ ਦਾ ਸ਼ੌਕ ਰੱਖਣ ਵਾਲੇ ਨੀਲੀ ਦੇ ਜਾਨਵਰ ਖਰੀਦਦੇ ਰਹਣ ਅਤੇ ਵੇਖਦੇ ਰਹਣ। ਤੁਨੀ ਕੌੜੀ ਤੋਂ ਬਿਲਕੁਲ ਸਾਫ਼ ਹੈ, ਬਾਕੀ ਜਨਾਬ ਬਿਲਕੁਲ ਜਨਾਬ ਤੁਨੀ ਕੌੜੀ ਤੋਂ ਸਾਫ਼ ਹੈ। ਚਾਰੇ ਪੈਰ ਨੇ ਜਿਵੇਂ ਘੋੜਿਆਂ ਦੇ ਸੁੰਬ ਹੁੰਦੇ ਨੇ, ਆਹ ਦੁੰਬ ਜਨਾਬ ਥੋੜ੍ਹੀ ਸਫੈਦ ਹੈ, ਬਾਕੀ ਸ਼ਾਹ ਕਾਲੀ ਹੈ, ਪੁੱਠਾ ਕੈਮਰੇ ਨਜ਼ਰ ਹੈ, ਹੱਡੀ ਇੱਕ ਹੈ, ਮਾਸ਼ਾਅੱਲਾ ਢਾਈਆਂ ਤਿੰਨਾਂ ਗਿੱਠਾਂ ਦਾ ਜਨਾਬ ਪੁੱਠਾ ਕੈਮਰੇ ਨਜ਼ਰ ਹੈ। ਖਾਲੀ ਗੱਲਾਂ ਹੀ ਨਹੀਂ ਕਰਨੀਆਂ ਜਨਾਬ, ਇਨਸ਼ਾਅੱਲਾ ਹਰ ਚੀਜ਼ ਕੈਮਰੇ ਨਜ਼ਰ ਹੁੰਦੀ ਹੈ। ਡੇਢੀ ਵਾਲਾ ਥਣ ਲੱਗਿਆ, ਥੱਬੇ ਦਾ ਹਵਾਨਾ, ਬਾਕੀ ਇਹ ਕਿੰਨੇ ਦਿਨ ਲੈਂਦੀ ਹੈ, ਕਿੰਨੀ ਇਹਦੀ ਕੀਮਤ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਲੈ ਕੇ ਦੇਵਾਂਗੇ। ਆਹ ਨੀਲੀ ਦੇ ਬਟਨ ਲੱਗੇ ਨੇ ਜਨਾਬ, ਸੋਹਣਾ ਥਣ ਲੱਗਿਆ, ਮੁੱਠ ਮੁੱਠ 'ਤੇ ਥਣ ਹੈ, ਬਿਰਲਾ ਦੇ ਥਣ ਨੇ, ਕੈਮਰੇ ਨਜ਼ਰ ਹੈ, ਸ਼ਾਹ ਕਾਲੀ ਹੈ ਜਨਾਬ। ਤਸੱਲੀ ਕਰਾਵੇਗਾ ਕੈਮਰਾਮੈਨ, ਬਾਕੀ ਜਨਾਬ ਸੌਦਾ ਨਾਲ ਨਸੀਬਾਂ ਦੇ। ਕੈਮਰਾਮੈਨ ਸਾਹਿਬ ਖਾਇਆ ਜੇ ਸਫੈਦ ਫੁੱਲੀ ਹੈ ਜਨਾਬ, ਬਹੁਤ ਮਾਸ਼ਾਅੱਲਾ ਹੱਥ ਰੱਖਿਆ ਸਿੰਘ ਲੁਕਦਾ ਜਨਾਬ, ਫੁੱਟ ਫੁੱਟ ਦਾ ਕੰਨ ਹੈ, ਚੰਗੀ ਮਾਸ਼ਾਅੱਲਾ ਬਾਡੀ ਇਹਦੀ, ਚੰਗਾ ਮਾਸ਼ਾਅੱਲਾ ਵਜ਼ਨ ਇਹਦਾ ਮੱਝ ਦਾ, ਕੈਮਰੇ ਨਜ਼ਰ ਹੈ। ਬਾਕੀ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਕੈਮਰਾਮੈਨ ਸਾਹਿਬ ਤਸੱਲੀ ਕਰਵਾ ਰਿਹਾ, ਬਾਕੀ ਜਨਾਬ ਇਹਦਾ ਜੋ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਮਾਲਕ ਤੋਂ ਲੈ ਕੇ ਦੇਵਾਂਗੇ। ਚਾਚਾ ਜੀ ਮਾੜਾ ਜੀ ਨੂੰ ਖੋਲਿਆ ਜੀ, ਲਓ ਜਨਾਬ ਟੁਰਦੀ ਫਿਰਦੀ ਇਨਸ਼ਾਅੱਲਾ ਵਿਖਾਵਾਂਗੇ ਤਾਂ ਕਿ ਪੈਰ ਵਿੱਚ ਕੋਈ ਘਾਟਾ ਵਾਧਾ ਹੈ, ਪੈਰ 'ਚ ਕੋਈ ਗੰਡਾ ਛੰਡਾ ਹੈ ਅਤੇ ਅਸੀਂ ਵੇਖ ਸਕੀਏ ਅਤੇ ਸਾਡੇ ਵੀਰ ਭਰਾ ਵੀ ਵੇਖਣ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਟੋਰ ਹੈ ਜਨਾਬ, ਸ਼ਾਹ ਕਾਲੀ ਹੈ ਜਨਾਬ, ਥੱਬੇ ਦਾ ਵਾਨਾ ਹੈ, ਨੀਲੀ ਦੇ ਬਟਨ ਲੱਗੇ ਹੋਏ ਨੇ, ਬਾਕੀ ਜਨਾਬ ਪੁੱਠਾ ਬੜਾ ਹੈ ਮਾਸ਼ਾਅੱਲਾ, ਬਿਲਕੁਲ ਬਰੀਕ ਹੈ ਜਿਵੇਂ ਰੇਸ਼ਮ ਦਾ ਕੱਪੜਾ ਹੈ। ਲੈਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ, ਨੀਲੀ ਦੇ ਜਾਨਵਰ ਇਨਸ਼ਾਅੱਲਾ ਹਮੇਸ਼ਾ ਦੀ ਤਰ੍ਹਾਂ ਗੁਲਾਮ ਅਹਿਮਦ ਚੈਨਲ 'ਤੇ ਪਾਏ ਜਾਂਦੇ ਨੇ। ਸੌਦਾ ਨਾਲ ਨਸੀਬਾਂ ਦੇ, ਵਿਰਲਾ ਮਾਸ਼ਾਅੱਲਾ ਗਿੱਠ ਗਿੱਠ 'ਤੇ ਵਿਰਲਾ ਜਨਾਬ, ਡੇਢੀ ਵਾਲਾ ਥਾਣ ਹੈ ਜਨਾਬ, ਮੁੱਠ ਮੁੱਠ ਦਾ ਥਾਣ ਹੈ, ਬਹੁਤ ਹੀ ਪਾਵਰਫੁੱਲ ਥਾਣ ਹੈ। ਬਾਕੀ ਜਨਾਬ ਮੱਝ ਦਾ ਵਜ਼ਨ, ਮੱਝ ਦਾ ਕੱਦ, ਮੱਝ ਦੀ ਲੰਬਾਈ, ਕੈਮਰੇ ਨਜ਼ਰ ਹੈ, ਛੋਟੀ ਜਿਹੀ ਵੱਖੀ ਹੈ, ਬਿਲਕੁਲ ਬਰੀਕ ਹੈ ਜਨਾਬ ਜਿਵੇਂ ਰੇਸ਼ਮ ਦਾ ਕੱਪੜਾ ਹੈ। ਖਾਲੀ ਗੱਲਾਂ ਨਾਲ ਹੀ ਨਹੀਂ, ਕੈਮਰਾਮੈਨ ਸਾਹਿਬ ਵਿਖਾਇਆ ਜੀ, ਬਰੀਕ ਮਾਸ਼ਾਅੱਲਾ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੈ। ਲੈਣੇ ਦੇਣੇ ਮੁਕੱਦਰ, ਬਾਕੀ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਚਾਚਾ ਜੀ ਬੰਨ ਕੇ ਇੱਧਰ ਆ ਜਾਓ ਸਾਡੇ ਕੋਲ, ਉੱਚੀ ਗੱਲ ਕਰਦਾ ਰਹਿਣਾ ਤਾਂ ਕਿ ਆਵਾਜ਼ ਤੁਹਾਡੀ ਵੀ ਜਿਹੜੀ ਹੈ ਮੇਰੇ ਵੀਰਾਂ ਨੂੰ ਪਹੁੰਚਦੀ ਰਹੇ। ਆਪਣੀ ਜਿਹੜੀ ਆ ਝੋਟੀ ਹੈ, ਮੱਝ, ਇਹ ਕਿੰਨਵਾਂ ਵਾਰਾ ਸੁਣੀ ਹੈ? ਦੂਸਰਾ ਵਾਰਾ ਸੁਣਾ ਜੀ। ਇਹ ਜਨਮਨ ਦੂਸਰਾ, ਠੀਕ ਹੋ ਗਿਆ, ਤੇ ਕਿੰਨੇ ਕੁ ਦਿਨ ਲੈਂਦੀ ਹੈ? ਇਹਦੇ ਅੱਜ ਪੂਰੇ 10 ਦਿਨ ਲੈਂਦੇ ਜੀ। ਅਜੇ ਤੱਕ 10 ਦਿਨ ਲੈਂਦੀ ਹੈ? 10 ਦਿਨ ਲੈਂਦੀ ਹੈ ਜੀ। ਤੇ ਬਾਕੀ ਇਹਦੇ ਥਣਾਂ ਦੇ ਵਿੱਚ ਕੋਈ ਘਾਟਾ ਵਾਧਾ, ਗਿਣਤੀ, ਮਰੋੜੀ, ਛੱਟਾ, ਫੁਆਰਾ? ਗਰੰਟੀ ਸ਼ੁਦਾ ਕੰਮ ਹੋਊਗਾ ਜੀ, ਅੱਲਾ ਮੁਕੰਮਲ ਆਪਣੀ ਗਰੰਟੀ, ਮੁਕੰਮਲ ਗਰੰਟੀ ਹੈ ਜੀ, ਮੁਕੰਮਲ ਗਰੰਟੀ ਹੈ। ਤੇ ਇਹ ਜਿਵੇਂ ਜਨਾਬ ਮੱਝ ਦਾ ਕੱਦ, ਚਾਚਾ ਜੀ ਕਿੰਨਾ ਕੋਣਾ ਹੈ? ਕੱਦ ਮੈਂ ਦੱਸ ਜੀ, ਅੱਲਾ ਦੀ ਬਰਕਤ ਨਾਲ
ਗਰੰਟੀ ਪੂਰੀ ਹੈ, 10 ਦਿਨ ਲੈਂਦੀ ਹੈ ਤੇ ਬਾਕੀ ਇਹਦੇ ਪਿਆਰ ਮੁਹੱਬਤ ਵਾਲੇ ਪੈਸੇ ਜਿਹੜੇ ਆਪਾਂ ਲੈ ਲੈਣੇ ਨੇ ਉਹ ਦੱਸਣੇ ਨੇ ਸਾਨੂੰ, ਵੱਧ ਪੈਸੇ ਨਾ ਮੰਗਿਆ ਜੋ, ਜਿੰਨੇ ਆਪਾਂ ਲੈਣੇ ਨੇ ਪੈਸੇ। ਸਾਵਣ ਦਾ ਮਹੀਨਾ ਹੈ, ਮੁੱਲ ਤੁਹਾਨੂੰ ਪਤਾ ਡਾਊਨ ਹੋਏ ਨੇ ਥੋੜ੍ਹੇ ਜਿਹੇ ਸਾਵਣ ਦਾ ਕਰਕੇ, ਚੰਗੇ ਜਾਨਵਰ ਦਾ ਸਾਉਣ ਦਾ ਕਰਕੇ। ਮਿਸਾਲ ਤੁਹਾਡੇ ਨਾਲ ਮੈਂ ਮੁੱਲ ਕਰਨ ਲੱਗਾ, ਹਾਂਜੀ, ਨਹੀਂ ਤਾਂ ਮੈਂ 5 ਲੱਖ ਹੀ ਮੰਗਦਾ ਸੀ ਇਹਦਾ, ਉਹਦਾ 5 ਲੱਖ ਹਾਂਜੀ, 3 ਲੱਖ ਤੇ 60,000 ਦੀ ਮੈਂ ਦੇ ਦਿਆਂ ਦੇ, 14-15 ਕਿਲੋ ਦੀ ਪਹਿਲਣ ਦੀ ਗਰੰਟੀ ਹੈ ਮੈਂ ਦੀ। ਇਹ ਜਿਹੜੀ ਗੱਲ ਕਰਦੇ ਪਏ ਜੇ ਤੁਸੀਂ ਔਨ ਰਿਕਾਰਡ ਹੈ ਆਪਣੀ, ਹਾਂ ਬਿਲਕੁਲ ਜੀ, ਇਹ ਪਹਿਲਣ ਹੋ ਕੇ 13-14 ਗੜੀਆਂ ਦਿੰਦੀ ਰਹੀ ਦੁੱਧ ਤੇ 3,60,000 ਰੁਪਈਆ ਬਿਲਕੁਲ ਜੀ। ਸਾਵਣ ਪਾਦਰੂ ਦਾ ਮਹੀਨਾ, ਕੁਝ ਪੈਸੇ ਜਿਹੜੇ ਨੇ ਮੁਹੱਬਤ ਪਿਆਰ ਵਾਲੇ, 5 ਲੱਖ ਤੋਂ ਹੀ ਨਹੀਂ, ਪਿਛਲੇ ਸੂਬੇ 4 ਲੱਖ ਉਹ ਲੱਗਦਾ ਰਿਹਾ। ਅੱਛਾ, ਜੇ ਕੋਈ ਸਾਡਾ ਵੀਰ ਸੱਜਣ ਜਨਾਬ ਮੁਹੱਬਤ ਪਿਆਰ ਨਾਲ ਲਵੇ ਤੇ ਇਹਦੇ ਵਿੱਚ ਪਿਆਰ ਮੁਹੱਬਤ ਕਿੰਨਾ ਕੁ ਹੋਵੇਗਾ? ਇਹ ਆ ਤੁਹਾਡੀ 1,000-2,000 ਜੀਤ ਹੋ ਜੇਦੀ, ਜੀਤ ਹੋ ਜਾਏਗੀ ਜੀ। ਤੇ ਦੁੱਧ ਦੀ ਗਰੰਟੀ ਹੈ? ਦੁੱਧ ਦੀ ਗਰੰਟੀ ਹੈ ਜੀ ਮੈਂ ਦੀ। ਠੀਕ ਹੋ ਗਿਆ, ਤੇ ਬਾਕੀ ਜਨਾਬ ਕੈਮਰੇ ਨਜ਼ਰ ਹੈ, 3,60,000 ਰੁਪਈਆ ਵਿੱਚ ਪਿਆਰ ਮੁਹੱਬਤ ਹੈ। ਚਾਚਾ ਜੀ ਪਹਿਲੇ ਸੂਏ ਤੇ 14 ਲੀਟਰ ਕਰਦੀ ਰਹੀ ਤੇ ਐਸ ਵਰਿਆ ਚ ਦੂਸਰਾ ਸੂਆ ਸੂਵੇਗੀ, ਤੇ ਕਿੰਨੇ ਦੁੱਧ ਦੀ ਆਪਾਂ ਜਿਹੜੀ ਗਰੰਟੀ ਦੇ ਸਕਦੇ ਹਾਂ? 15-20 ਤੱਕਰ ਦੁੱਧ ਅੱਲਾ ਦੀ ਬਰਕਤ ਨਾਲ ਦੇਦੀ। ਮੈਂ ਵੰਡਾ ਪਾਇਦਾ ਪੱਠਿਆਂ ਦੇ ਦੁੱਧ 15-16 ਕਿਲੋ ਦਿੰਦੀ ਰਹੀ ਪਹਿਲਾਂ, ਪੱਠਿਆਂ ਦੇ ਦਿੰਦੀ ਰਹੀ ਹੈ ਤੇ ਹੁਣ ਅੱਲਾ ਦੇ ਹੁਕਮ ਨਾਲ 15-20 ਲੀਟਰ ਦੇਵੇਗੀ ਦੁੱਧ। ਹਾਂ ਬਿਲਕੁਲ ਜੀ, ਯਾਨੀ ਕਿ ਪਹਿਲੇ ਸੂਏ ਦਾ ਰਿਕਾਰਡ ਹੈ 15। ਹਾਂ ਬਿਲਕੁਲ, ਹੁਣ 20 ਲੀਟਰ ਦਾ ਆਪਣਾ। ਹਾਂਜੀ ਬਿਲਕੁਲ, ਅੱਲਾ ਦੀ ਬਰਕਤ ਨਾਲ। ਤੇ ਪੈਸੇ ਜੇ ਕੋਈ ਆਪਣਾ ਸੱਜਣ ਵੀਰ ਆਵੇ ਜਨਾਬ ਕੋ ਮੁਹੱਬਤ ਕਰਾਵੇ, 3,60,000 ਰੁਪਈਏ ਚ ਕੋਈ ਤੁਹਾਡਾ ਪਿਆਰ ਮੁਹੱਬਤ ਹੋ ਜੂਗੀ, ਪਿਆਰ ਮੁਹੱਬਤ ਹੋ ਜਾਏਗਾ। ਲਓ ਜਨਾਬ 3,60,000 ਰੁਪਈਆ ਵਿੱਚ ਪਿਆਰ ਮੁਹੱਬਤ। ਬਾਕੀ ਜਨਾਬ ਨੰਬਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ ਹੈ। ਮਿਲਾਂਗੇ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।